ਕੈਨੇਡਾ 'ਚ ਵਿਜ਼ਟਰ ਵੀਜ਼ਾ ਲੈ ਕੇ ਆਇਆਂ ਨੂੰ ਕਈ ਵਾਰੀ ਏਅਰਪੋਰਟ ਤੋਂ ਵਾਪਸ ਭਾਰਤ ਵੀ ਭੇਜਿਆ ਗਿਆ। ਵਾਪਸ ਭੇਜਣ ਵਾਲੀ ਕਿਉਂ ਨੌਬਤ ਆ ਰਹੀ ਹੈ, ਕੋਈ ਵਿਜ਼ਟਰ ਵੀਜ਼ਾ ਲੈ ਕੇ ਆ ਰਿਹਾ ਅਤੇ ਇੰਡੀਆ ਤੋਂ ਜਹਾਜ਼ ਭਰ ਕੇ ਆਏ ਵਿਜ਼ਟਰ ਵੀਜ਼ਾ ਲੈ ਕੇ, ਔਰ ਉਹ ਆਉਂਦੇ ਹੀ ਕੈਨੇਡਾ ਦੇ ਵਿੱਚ ਰਿਫਿਊਜੀ ਦੀ ਲਾਈਨਅਪ 'ਚ ਖੜ੍ਹੇ ਹੋ ਗਏ। ਸਰਕਾਰ ਨੂੰ ਇਹ ਲੱਗਿਆ ਵੀ ਇਹ ਸਿਸਟਮ ਨੂੰ ਅਬਿਊਜ਼ ਕੀਤਾ ਜਾ ਰਿਹਾ। ਸਰਕਾਰ ਨੇ ਜਿਵੇਂ ਮੈਕਸੀਕਨ ਸੀਗੇ ਵੀਜ਼ਾ ਐਗਜ਼ੈਂਪਟ ਸੀ, ਉਹਨੂੰ ਚੇਂਜ ਕੀਤਾ ਪੋਲਿਸੀ ਨੂੰ। ਇਸੇ ਤਰ੍ਹਾਂ ਹਿੰਦੁਸਤਾਨ ਆਲਰੇਡੀ ਵੀਜ਼ਾ ਰਿਕੁਆਇਰਡ ਹੈ, ਪਰ ਵੀਜ਼ਾ ਦੀ ਸਕਰੀਨਿੰਗ ਨਾ ਹੋਣ ਕਰਕੇ ਉਹਦੇ 'ਚ ਬਹੁਤ ਇਹੋ ਜਿਹੜੇ ਇੰਡੀਵਿਜੁਅਲ ਨੇ ਜਿਹੜੇ ਕੈਨੇਡਾ ਦੇ ਵਿੱਚ ਹੋਣੇ ਨਹੀਂ ਚਾਹੀਦੇ, ਉਹ ਵੀਜ਼ਾ ਲੈਣ 'ਚ ਕਾਮਯਾਬ ਹੋ ਜਾਂਦੇ। ਉੱਥੇ ਜਾ ਕੇ ਤੁਹਾਨੂੰ ਆਪਸ਼ਨ ਦਿੱਤੀ ਜਾਂਦੀ ਹੈ ਆਫਿਸਰ ਵੱਲੋਂ, ਜੇ ਤੁਹਾਨੂੰ ਕੋਈ ਖਤਰਾ ਹੈਗਾ ਤਾਂ ਪ੍ਰੋਟੈਕਸ਼ਨ ਸੀਕ ਕਰ ਸਕਦੇ। ਹੁਣ ਜਿਹੜੇ ਗਵਰਨਮੈਂਟ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਵੀ ਇੰਡੀਵਿਜੁਅਲ ਜਿਹੜਾ ਫਲਾਈਟ ਬੋਰਡ ਕਰ ਰਿਹਾ ਉਹ ਫਲਾਈਟ ਤੋਂ ਹੀ ਤੁਹਾਨੂੰ ਰੋਕਿਆ ਜਾ ਸਕਦਾ, ਤੁਹਾਡਾ ਵੀਜ਼ਾ ਖੜ੍ਹੇ ਪੈਰ ਕੈਂਸਲ ਕੀਤਾ ਜਾ ਸਕਦਾ। ਜਿੱਦਾਂ US ਵਾਂਗੂ ਫਿਰ ਇਨ ਪਰਸਨ ਇੰਟਰਵਿਊ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਹ ਫਿਰ ਰਿਲੇਸ਼ਨਸ਼ਿਪ ਕੈਨੇਡਾ ਦੇ ਇੰਡੀਆ ਨਾਲ ਵਧੀਆ ਨਹੀਂ ਹੈ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀ ਵੀ, ਮੈਂ ਜੋਗਰਾਜ ਸਿੰਘ ਕਾਲੋਂ, ਤੁਹਾਡਾ ਸਾਰਿਆਂ ਦਾ ਇਸ ਇਮੀਗ੍ਰੇਸ਼ਨ ਦੇ ਇੱਕ ਸੈਗਮੈਂਟ 'ਚ ਬਹੁਤ ਸਵਾਗਤ ਹੈ। ਸਾਡੇ ਨਾਲ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਹੋਣੀ ਨੇ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਬਹੁਤ ਸਵਾਗਤ। ਥੈਂਕ ਯੂ ਭਾਈ ਜੀ। ਖਹਿਰਾ ਸਾਹਿਬ, ਵਿਜ਼ਟਰ ਵੀਜ਼ਾ ਨੂੰ ਲੈ ਕੇ ਗੱਲ ਕਰਨੀ ਅੱਜ, ਤਰ੍ਹਾਂ ਤਰ੍ਹਾਂ ਦੀਆਂ ਕਈ ਅਫਵਾਹਾਂ ਨੇ, ਕਈ ਥਾਵਾਂ 'ਤੇ ਵਾਕਈ 'ਚ ਹੀ ਕੁਛ ਹਰਕਤਾਂ ਅਜਿਹੀਆਂ ਹੋਈਆਂ ਵੀ ਨੇ। ਕੈਨੇਡਾ 'ਚ ਵਿਜ਼ਟਰ ਵੀਜ਼ਾ ਲੈ ਕੇ ਆਇਆਂ ਨੂੰ ਕਈ ਵਾਰੀ ਏਅਰਪੋਰਟ ਤੋਂ ਵਾਪਸ ਭਾਰਤ ਵੀ ਭੇਜਿਆ ਗਿਆ, ਉਹਦੇ ਕਈ ਵੱਖੋ ਵੱਖ ਕਾਰਨ ਦੱਸੇ ਗਏ। ਉਸ ਤੋਂ ਇਲਾਵਾ ਫਿਰ ਮੌਂਟਰੀਅਲ ਵਾਲਾ ਮਸਲਾ ਭਖਿਆ ਕਿ ਬਈ ਉੱਥੇ ਜੇ ਕੋਈ ਆਉਂਦਾ ਹੈ ਤਾਂ ਉਹਨੂੰ ਰਿਫਿਊਜੀ ਲੈਣ ਵਾਸਤੇ, ਸ਼ਰਨ ਲੈਣ ਵਾਸਤੇ ਕਿਹਾ ਜਾਂਦਾ, ਨਹੀਂ ਤਾਂ ਕੰਟਰੀ ਵਾਪਸ ਛੱਡ ਕੇ ਜਾਣ ਵਾਸਤੇ ਕਿਹਾ ਜਾ ਰਿਹਾ। ਇਹ ਵਿਜ਼ਟਰ ਵੀਜ਼ਾ ਦੇ ਉੱਤੇ ਸਰਕਾਰ ਸਖ਼ਤ ਕਿਉਂ ਹੋਈ ਪਈ ਆ? ਪਹਿਲਾਂ ਤਾਂ ਹੁਣ ਜਿਹੜਾ ਵਿਜ਼ਟਰ ਵੀਜ਼ਾ ਦੇਣ ਦਾ ਪ੍ਰੋਸੈਸ ਆ ਉਹਨੂੰ ਵੀ ਲੰਬਾ ਚੌੜਾ ਕੀਤਾ ਗਿਆ, ਉਹਦੇ 'ਚ ਵੀ ਕਈ ਡਿਲੇਜ਼ ਨੇ, ਲੈਂਥੀ ਡਿਲੇਜ਼ ਆ ਰਹੀਆਂ ਨੇ। 6-6 ਮਹੀਨੇ ਲੋਕਾਂ ਨੂੰ ਵਿਜ਼ਟਰ ਵੀਜ਼ਾ ਅਪਲਾਈ ਕੀਤਿਆਂ ਨੂੰ ਹੋ ਗਏ ਅਤੇ ਹਾਲੇ ਤੱਕ ਰਿਜ਼ਲਟਸ ਨਹੀਂ ਆਏ। ਸਿੰਪਲ ਜਿਹੜੀਆਂ ਐਪਲੀਕੇਸ਼ਨਸ ਨੇ, ਇੱਕ ਧਾਰਨਾ ਵੀ ਚੱਲਦੀ ਹੈ ਕਿ ਸਰਕਾਰ ਜਾਣ ਬੁੱਝ ਕੇ ਵਿਜ਼ਟਰ ਵੀਜ਼ੇ ਨਹੀਂ ਦੇ ਰਹੀ ਤਾਂ ਕਿ ਸੁਪਰ ਵੀਜ਼ੇ ਵੱਧ ਤੋਂ ਵੱਧ ਲੱਗ ਸਕਣ, ਉਧਰਲੇ ਪਾਸੇ ਨੂੰ ਸਰਕਾਰ ਤਰਜੀਹ ਦੇ ਰਹੀ ਹੈ। ਆਖਿਰਕਾਰ ਮਸਲਾ ਕੀ ਹੈ ਵਿਜ਼ਟਰ ਵੀਜ਼ੇ ਨੂੰ ਲੈ ਕੇ? ਜੀ, ਕੈਨੇਡਾ ਦਾ ਜਿਹੜਾ ਵਿਜ਼ਟਰ ਵੀਜ਼ਾ ਪ੍ਰੋਗਰਾਮ ਹੈ ਉਹ ਹਾਈਲੀ ਅਬਿਊਜ਼ਡ ਪ੍ਰੋਗਰਾਮ ਹੈ ਅੱਜ ਦੀ ਡੇਟ 'ਚ, ਖਾਸ ਕਰਕੇ ਜੇ ਇੰਡੀਆ ਤੋਂ ਆਪਾਂ ਐਪਲੀਕੈਂਟਸ ਦੀ ਗੱਲ ਕਰਦੇ ਹਾਂ। ਅਬਿਊਜ਼ ਤੋਂ ਭਾਵ? ਅਬਿਊਜ਼ ਤੋਂ ਭਾਵ ਹੈਗਾ ਵੀ ਜਦੋਂ ਪਿਛਲੇ ਟਾਈਮ ਸਮੇਂ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਵੀ ਸਰਕਾਰ ਜਿਹੜੀ ਕੈਨੇਡੀਅਨ ਸਰਕਾਰ ਸੀ, ਇੰਡੀਅਨ ਸਰਕਾਰ ਦੇ ਨਾਲ ਜਦੋਂ ਇਸ਼ੂਜ਼ ਇਨਵੋਲਵ ਹੋਏ ਸੀ, ਉਹਨਾਂ ਨੇ ਕਿਹਾ ਸੀ ਵੀ ਇੰਡੀਅਨ ਸਰਕਾਰ ਇੰਟਰਫੇਅਰ ਕਰ ਰਹੀ ਹੈ ਸਾਡੇ ਸਰਕਾਰੀ ਮਾਮਲਿਆਂ ਦੇ ਵਿੱਚ। ਉਸ ਸਮੇਂ ਇੰਡੀਅਨ ਸਰਕਾਰ ਦਾ ਇੱਕ ਰਿਐਕਸ਼ਨ ਸੀਗਾ, ਉਹਨਾਂ ਨੇ ਜਿਹੜੇ ਬਿਊਰੋਕਰੈਟ ਸੀ, ਕੈਨੇਡੀਅਨ ਬਿਊਰੋਕਰੈਟ ਸੀ, ਉਹ 43 ਬਿਊਰੋਕਰੈਟਸ ਨੂੰ ਇੰਡੀਆ ਤੋਂ ਜਾਣ ਲਈ ਕਹਿਤਾ ਸੀ। ਠੀਕ ਹੈ, ਤੋ ਉਹਦੇ ਜਾਣ ਤੋਂ ਬਾਅਦ ਇੱਕ ਸਮੱਸਿਆ ਇਹ ਪੈਦਾ ਹੋ ਗਈ ਵੀ ਜਿਹੜਾ ਡਿਸੀਜਨ ਮੇਕਿੰਗ ਹੈ ਉਹ ਕਿਸ ਤਰ੍ਹਾਂ ਸੰਭਵ ਹੋਵੇ, ਡਿਸੀਜਨ ਮੇਕਿੰਗ ਖਾਸ ਕਰਕੇ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਵੀਜ਼ਾਜ਼ ਨੇ ਇਹਨਾਂ ਦੀ ਕਿਸ ਤਰ੍ਹਾਂ ਹੋਵੇ, ਸਟੂਡੈਂਟ ਵੀਜ਼ਾ ਕਿਵੇਂ ਪ੍ਰੋਸੈਸ ਹੋਣ, ਵਿਜ਼ਟਰ ਕਿਵੇਂ ਪ੍ਰੋਸੈਸ ਹੋਣ, ਵਰਕ ਪਰਮਿਟ ਕਿਵੇਂ ਪ੍ਰੋਸੈਸ ਹੋਣ। ਤੋ ਸਰਕਾਰ ਨੇ ਹੈਵਲੀ ਰਿਲਾਈ ਕਰਨਾ ਪੈਂਦਾ, ਜਿਹੜੀ ਕੈਨੇਡੀਅਨ ਸਰਕਾਰ ਹੈ, ਆਰਟੀਫਿਸ਼ਲ ਇੰਟੈਲੀਜੈਂਸ 'ਤੇ। ਉਹ ਸਕਰੀਨ ਆਊਟ ਕਰਦੀ ਹੈ ਵੀ ਕਿਹੜੇ ਟਰੱਸਟਡ ਟਰੈਵਲਰਸ ਨੇ ਜਾਂ ਕਿਹੜੇ ਵਿਅਕਤੀਆਂ 'ਤੇ ਸਾਨੂੰ ਟਰੱਸਟ ਕਰਿਆ ਜਾ ਸਕਦਾ, ਕਿਹੜੇ ਵਿਅਕਤੀ ਅਡੀਅਰ ਕਰਨਗੇ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਅਤੇ ਉਹ ਕੈਨੇਡਾ ਆ ਕੇ ਵਾਪਸ ਚਲੇ ਜਾਣਗੇ। ਦੈਟ ਇਜ਼ ਅ ਬਿਗੈਸਟ ਹਰਡਲ, ਰਾਈਟ, ਜਦੋਂ ਤੁਸੀਂ ਵੀਜ਼ਾ ਲੈਣਾ, ਵਿਜ਼ਟਰ ਵੀਜ਼ਾ ਲੈਣਾ। ਨਾ ਹੋਇਆ ਕਿ ਜਿਹੜੀਆਂ ਜਦੋਂ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਇਹ ਡਿਸੀਜਨ ਹੋਣ ਲੱਗ ਗਏ, ਤਾਂ ਜੇ ਕਿਸੇ ਨੇ ਤੁਸੀਂ ਗ੍ਰੀਨ ਸਿਗਨਲ ਲੈਣਾ ਸਿਸਟਮ ਤੋਂ, ਤਾਂ ਤੁਸੀਂ ਉਹ ਚੀਜ਼ ਉਹਨੂੰ ਫੀਡ ਕਰੋਗੇ ਸਿਸਟਮ ਨੂੰ ਜਿੱਥੇ ਉਹ ਗ੍ਰੀਨ ਸਿਗਨਲ ਦੇ ਦਿੰਦਾ, ਕਿਉਂਕਿ ਕੋਈ ਇੰਡੀਵਿਜੁਅਲ ਇਨਵੋਲਵ ਨਹੀਂ ਜਿਹੜਾ ਕਿ ਡਾਕੂਮੈਂਟ ਦੀ ਜਿਹੜੀ ਓਥੈਂਟਿਸਿਟੀ ਹੈ ਉਹਨੂੰ ਵੇਰੀਫਾਈ ਕਰ ਸਕੇ।
ਔਰ ਮਸ਼ੀਨ ਉਹਨੂੰ ਇੰਨੀ ਜਲਦੀ ਵੈਰੀਫਾਈ ਨਹੀਂ ਕਰ ਪਾਉਂਦੀ, ਮਸ਼ੀਨ ਵੈਰੀਫਾਈ ਨਹੀਂ ਕਰ ਪਾਉਂਦੀ ਜਿਹੜੇ ਨਕਲੀ ਬੈਂਕ ਸਟੇਟਮੈਂਟਸ ਨੇ, ਨਹੀਂ ਵੈਰੀਫਾਈ ਕਰ ਪਾਉਂਦੀ ਜਿਹੜੇ ਰਿਲੇਸ਼ਨਸ਼ਿਪ ਦਿਖਾਏ ਜਾਂਦੇ ਨੇ ਜਾਂ ਇਨਵੀਟੇਸ਼ਨਸ ਨੇ ਜਿਹੜੀਆਂ ਲਈਆਂ ਜਾਂਦੀਆਂ ਨੇ ਕਿਸੇ ਹੋਸਟ ਤੋਂ ਜਾਂ ਕੈਨੇਡੀਅਨ ਤੋਂ, ਇਹ ਕਹਿ ਕੇ ਵੀ ਇਹ ਸਾਡਾ ਫਰੈਂਡ ਹੈ ਜਾਂ ਰਿਸ਼ਤੇਦਾਰ ਹੈ ਜਾਂ ਮੇਰਾ ਰੀਅਲ ਬ੍ਰਦਰ ਹੈ, ਸਿਸਟਰ ਹੈ, ਮਦਰ ਹੈ, ਫਾਦਰ ਹੈ, ਸੋ ਉਹਦੀ ਵੈਰੀਫਿਕੇਸ਼ਨ ਕੋਈ ਨਹੀਂ ਹੁੰਦੀ ਹੈਗੀ। ਇਸ ਕਰਕੇ ਜਿਹੜੇ ਉੱਥੋਂ ਦੇ ਏਜੰਟਸ ਨੇ, ਜਿਹੜੇ ਇੱਕ ਅਨਲਾਈਸੈਂਸਡ ਏਜੰਟਸ ਨੇ ਜਾਂ ਗੋਸਟ ਏਜੰਟਸ ਨੇ, ਉਹ ਐਪਲੀਕੈਂਟ ਦੇ ਵੱਲੋਂ ਇੱਕ ਗਲਤ ਐਪਲੀਕੇਸ਼ਨ ਦਾਇਰ ਕਰ ਦਿੰਦੇ ਨੇ ਨਕਲੀ ਡਾਕੂਮੈਂਟਸ ਲਾ ਕੇ, ਔਰ ਸਿਸਟਮ ਉਹਨੂੰ ਟਰਸਟਡ ਟਰੈਵਲਰ ਜਾਂ ਗ੍ਰੀਨ ਸਿਗਨਲ ਦੇ ਦਿੰਦਾ ਜਿੱਥੇ ਤੁਹਾਨੂੰ ਵਿਜ਼ਿਟਰ ਵੀਜ਼ਾ ਲੈਣਾ ਬਹੁਤ ਆਸਾਨ ਹੋ ਜਾਂਦਾ। ਭਾਵ ਕਿ ਜੇ ਅੱਜ ਕਿਸੇ ਸਿਸਟਮ ਦੀ ਜਾਂ ਕਿਸੇ ਇੱਕ ਖਾਸ ਕੈਟੇਗਰੀ ਦੀ ਦੁਰਵਰਤੋਂ ਕਹਿ ਰਹੀ ਹੈ ਕਿ ਕੀਤੀ ਜਾ ਰਹੀ ਹੈ ਤਾਂ ਉਹ ਵਿਜ਼ਿਟਰ ਕੈਟੇਗਰੀ ਹੈ। ਬਿਕੋਜ਼ ਇਹੀ ਕਾਰਨ ਆ ਜਿਹੜੀ, ਪਰ ਇਹਦੇ ਵਿੱਚ ਵਾਪਸ ਭੇਜਣ ਵਾਲੀ ਕਿਉਂ ਨੌਬਤ ਆ ਰਹੀ ਹੈ? ਕੋਈ ਵਿਜ਼ਿਟਰ ਵੀਜ਼ਾ ਲੈ ਕੇ ਆ ਰਿਹਾ ਤਾਂ ਫਿਰ ਲੈਣ ਤੋਂ ਬਾਅਦ ਕੈਨੇਡੀਅਨ ਏਅਰਪੋਰਟ 'ਤੇ ਆ ਕੇ ਕਿਉਂ ਗੌਰਮੈਂਟ ਕਹਿ ਰਹੀ ਹੈ ਕਿ ਹੁਣ ਵਾਪਸ ਜਾਓ ਜਾਂ ਫਿਰ ਤੁਸੀਂ ਰਿਫਿਊਜੀ ਕਲੇਮ ਕਰੋ? ਜੀ, ਮੈਂ ਇਹ ਵਿਊਰਸ ਨੂੰ ਸਮਝਾਉਣਾ ਚਾਹੂੰਗਾ, ਜਿਹੜਾ ਵਿਜ਼ਿਟਰ ਵੀਜ਼ਾ ਉਹ ਸਿਰਫ ਤੁਹਾਨੂੰ ਐਕਸੈਸ ਦਿੰਦਾ ਕੰਟਰੀ ਦੇ ਵਿੱਚ ਪੈਰ ਰੱਖਣ ਲਈ, ਸਿਰਫ ਤੁਹਾਡੀ ਐਂਟਰੀ ਦਾ ਇੱਕ ਐਕਸੈਸ ਕਾਰਡ ਆ। ਜਿਵੇਂ ਤੁਸੀਂ ਹੋਟਲ ਦਾ ਇੱਕ ਕਾਰਡ ਲੈਂਦੇ ਹੋ, ਐਕਸੈਸ ਕਾਰਡ ਲੈਂਦੇ ਹੋ, ਐਲੀਵੇਟਰ 'ਤੇ ਉਹਨੂੰ ਸਕੈਨ ਕਰਦੇ ਹੋ, ਤੁਹਾਨੂੰ ਉੱਥੇ ਤੱਕ ਪਹੁੰਚਾਉਂਦਾ, ਰੂਮ ਤੱਕ ਪਹੁੰਚਾਉਂਦਾ, ਪਰ ਉਹ ਤੋਂ ਅਗਾਂਹ ਤੁਸੀਂ ਜੇ ਜਾਣਾ ਉਹਦੇ ਅੱਗੇ ਐਕਸੈਸ ਲੈਣਾ ਤਾਂ ਫਿਰ ਤੁਹਾਨੂੰ ਪੋਰਟ ਆਫ ਐਂਟਰੀ ਦੇ ਆਫਿਸਰ ਨੂੰ ਮਿਲਣਾ ਪਏਗਾ ਜਾਂ ਉਹਦੀ ਸਕਰੀਨਿੰਗ ਥਰੂ ਨਿਕਲਣਾ ਪਏਗਾ। ਨਾ ਉਹ ਸਕਰੀਨਿੰਗ ਦੇ ਟਾਈਮ ਉਦੋਂ ਫਸਟ ਇੰਟਰੈਕਸ਼ਨ ਹੁੰਦੀ ਹੈ ਜਿੱਥੇ ਕੋਈ ਬੰਦਾ ਤੁਹਾਨੂੰ ਸਕਰੀਨ ਕਰ ਰਿਹਾ, ਠੀਕ ਹੈ? ਉਹ ਸਕਰੀਨਿੰਗ 'ਚ ਬਹੁਤ ਇਹੋ ਜਿਹੀਆਂ ਐਪਲੀਕੇਸ਼ਨਸ ਪਾਈਆਂ ਗਈਆਂ, ਔਰ ਖਾਸ ਕਰਕੇ ਬਹੁਤ ਲਾਰਜ ਸਕੇਲ 'ਤੇ ਜਿਹੜੀ ਰਿਫਿਊਜੀ ਪ੍ਰੋਟੈਕਸ਼ਨ ਹੈ ਉਹ ਸੀਕ ਕੀਤੀ ਗਈ, ਜਿੱਥੇ ਇੰਡੀਆ ਤੋਂ ਜਹਾਜ਼ ਭਰ ਕੇ ਆਏ ਵਿਜ਼ਿਟਰ ਵੀਜ਼ਾ ਲੈ ਕੇ, ਔਰ ਉਹ ਆਉਂਦੇ ਹੀ ਕੈਨੇਡਾ ਦੇ ਵਿੱਚ ਰਿਫਿਊਜੀ ਦੀ ਲਾਈਨਅਪ 'ਚ ਖੜ੍ਹੇ ਹੋ ਗਏ, ਬਜਾਏ ਕਿ ਉਹ ਪਾਸਪੋਰਟ ਕੰਟਰੋਲ 'ਤੇ ਜਾਣ ਅਤੇ ਵਿਜ਼ਿਟਰ ਵੀਜ਼ਾ ਦੀ ਜਾਂ ਆਪਣੇ ਸੁਪਰ ਵੀਜ਼ਾ ਦੀ ਐਂਟਰੀ ਦੇ ਮੰਗਣ। ਸੋ ਇਸ ਕਰਕੇ ਸਰਕਾਰ ਨੂੰ ਇਹ ਲੱਗਿਆ ਵੀ ਇਹ ਸਿਸਟਮ ਨੂੰ ਅਬਿਊਜ਼ ਕੀਤਾ ਜਾ ਰਿਹਾ। ਸਰਕਾਰ ਨੇ ਜਿਵੇਂ ਮੈਕਸੀਕਨ ਸੀਗੇ ਵੀਜ਼ਾ ਐਗਜ਼ੈਂਪਟ ਸੀ, ਉਹਨੂੰ ਚੇਂਜ ਕੀਤਾ ਪੋਲਿਸੀ ਨੂੰ, ਹੁਣ ਮੈਕਸੀਕਨਸ ਨੂੰ ਵੀਜ਼ਾ ਚਾਹੀਦਾ ਹੈਗਾ ਜੇ ਕੈਨੇਡਾ ਆਉਣਾ। ਇਸੇ ਤਰ੍ਹਾਂ ਹਿੰਦੁਸਤਾਨ ਆਲਰੇਡੀ ਵੀਜ਼ਾ ਰਿਕੁਆਇਰਡ ਹੈ, ਪਰ ਵੀਜ਼ਾ ਦੀ ਸਕਰੀਨਿੰਗ ਨਾ ਹੋਣ ਕਰਕੇ ਉਹਦੇ 'ਚ ਬਹੁਤ ਇਹੋ ਜਿਹੜੇ ਇੰਡੀਵਿਜੁਅਲ ਨੇ ਜਿਹੜੇ ਕੈਨੇਡਾ ਦੇ ਵਿੱਚ ਹੋਣੇ ਨਹੀਂ ਚਾਹੀਦੇ, ਉਹ ਵੀਜ਼ਾ ਲੈਣ 'ਚ ਕਾਮਯਾਬ ਹੋ ਜਾਂਦੇ ਨੇ। ਜਦੋਂ ਵੀਜ਼ਾ ਮਿਲ ਗਿਆ ਉਹ ਕੈਨੇਡਾ ਦੀ ਧਰਤੀ 'ਤੇ ਆ ਗਏ, ਜਦੋਂ ਕੈਨੇਡਾ ਦੀ ਧਰਤੀ 'ਤੇ ਆ ਗਏ ਉੱਥੋਂ ਫਸਟ ਸਕਰੀਨਿੰਗ 'ਤੇ ਹੀ ਇਹ ਪਤਾ ਲੱਗਦਾ ਵੀ ਇਹ ਜੈਨੂਨ ਵਿਜ਼ਿਟਰ ਹੈ ਜਾਂ ਇਹ ਫਰੋਡਲੈਂਟ ਵਿਜ਼ਿਟਰ ਹੈ। ਨਾ ਉੱਥੇ ਜਾ ਕੇ ਤੁਹਾਨੂੰ ਆਪਸ਼ਨ ਦਿੱਤੀ ਜਾਂਦੀ ਹੈ ਆਫਿਸਰ ਵੱਲੋਂ, ਫੋਰਸ ਨਹੀਂ ਕੀਤਾ ਜਾਂਦਾ। ਇਹ ਮੈਂ ਵਰਡ ਜਿਹੜਾ ਆਮ ਕਰਕੇ ਯੂਜ਼ ਕੀਤਾ ਜਾਂਦਾ, ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਫੇਮਸ ਕੀਤਾ ਹੋਇਆ ਵੀ ਲੋਕਾਂ ਨੂੰ ਫੋਰਸ ਕੀਤਾ ਜਾ ਰਿਹਾ, ਉਹਨਾਂ ਨੂੰ ਲਓ ਐਗਜੈਕਟਲੀ ਉਹਨਾਂ ਨੂੰ ਆਪਸ਼ਨ ਦਿੱਤੀ ਜਾ ਰਹੀ ਹੈ, ਆਪਸ਼ਨ ਦਿੱਤੀ ਜਾ ਰਹੀ ਹੈ ਵੀ ਤੁਹਾਨੂੰ ਅਸੀਂ ਜੈਨੂਨ ਵਿਜ਼ਿਟਰ ਨਹੀਂ ਮੰਨ ਰਹੇ, ਜਾਂ ਤਾਂ ਤੁਸੀਂ ਆਪਣੀ ਵਾਲੰਟਰੀ ਡਿਪਾਰਚਰ ਲੈ ਕੇ ਵਾਪਸ ਚਲੇ ਜਾਓ, ਜਿਹੜੀ ਐਪਲੀਕੇਸ਼ਨ ਆਪਣੀ ਐਂਟਰੀ ਦੀ ਵਿਦਡਰਾਅ ਕਰ ਲਓ, ਵਾਪਸ ਚਲੇ ਜਾਓ, ਜਾਂ ਫਿਰ ਤੁਸੀਂ ਜੇ ਤੁਹਾਨੂੰ ਕੋਈ ਖਤਰਾ ਹੈਗਾ ਤਾਂ ਪ੍ਰੋਟੈਕਸ਼ਨ ਸੀਕ ਕਰ ਸਕਦੇ ਹੋ। ਉਹ ਆਪਸ਼ਨ ਨੂੰ ਚੂਜ਼ ਕੀਤਾ ਜਾ ਰਿਹਾ ਲੋਕਾਂ ਵੱਲੋਂ, ਇਹ ਕਦੇ ਨਹੀਂ ਆਫਿਸਰ ਕਹਿੰਦਾ ਯਾਰ ਤੁਹਾਨੂੰ ਕਰਾ ਰਿਹਾ। ਮਤਲਬ ਬੰਦਾ ਮੰਨ ਲਓ ਵਿਜ਼ਿਟਰ ਵੀਜ਼ੇ 'ਤੇ ਆਇਆ ਜੀ, ਉਹ ਘੁੰਮ ਫਿਰ ਕੇ 6 ਮਹੀਨੇ 'ਚ ਵਾਪਸ ਵੀ ਤਾਂ ਜਾ ਹੀ ਸਕਦਾ? ਨਹੀਂ ਜੀ, ਆਫਿਸਰ ਨੂੰ ਇਹ ਲੱਗਦਾ ਵੀ ਜਿਹੜਾ ਵਿਜ਼ਿਟਰ ਵੀਜ਼ਾ ਲਿਆ ਹਾਸਲ ਕੀਤਾ ਉਹ ਜੈਨੂਨ ਵਿਜ਼ਿਟਰ ਨਹੀਂ ਹੈ ਔਰ ਉਹਨੂੰ ਗਲਤ ਵੀਜ਼ਾ ਮਿਲ ਗਿਆ, ਤਾਂ ਉਹ ਐਂਟਰੀ ਉਹਨਾਂ ਨੂੰ ਮਨਾ ਕਰ ਸਕਦੇ ਨੇ। ਪਰ ਇਹ ਫਾਲਟ ਤਾਂ ਇਮੀਗ੍ਰੇਸ਼ਨ ਦਾ ਹੋਇਆ, ਉਸ ਬੰਦੇ ਦਾ ਤਾਂ ਕੋਈ ਫਾਲਟ ਨਹੀਂ ਜਿਹਨੇ ਸਾਰੀ ਸਕਰੀਨਿੰਗ ਤੋਂ ਬਾਅਦ 'ਚ ਉਹਨਾਂ ਨੂੰ ਵੀਜ਼ਾ ਦਿੱਤਾ? ਨਹੀਂ, ਉਹ ਸਕਰੀਨਿੰਗ ਜਿਹੜੀ ਉਹ ਤਾਂ ਮਸ਼ੀਨ ਕਰ ਰਹੀ ਹੈ, ਇੰਡੀਵਿਜੁਅਲ ਤਾਂ ਕਰ ਨਹੀਂ ਰਿਹਾ ਉਹਦੀ ਸਕਰੀਨਿੰਗ। ਇੰਡੀਵਿਜੁਅਲ ਤਾਂ ਜਦੋਂ ਤੁਸੀਂ ਕੈਨੇਡਾ ਦੀ ਧਰਤੀ 'ਤੇ ਆਏ, ਫਸਟ ਆਫ ਆਲ ਜਿਹੜਾ ਵਿਜ਼ਿਟਰ ਵੀਜ਼ਾ ਉਹ ਤੁਹਾਡਾ ਕੋਈ ਰਾਈਟ ਨਹੀਂ ਹੈ, ਉਹ ਇੱਕ ਸਿਰਫ ਪ੍ਰਿਵਿਲੇਜ ਦਿੱਤੀ ਜਾ ਰਹੀ ਹੈ ਵੀ ਤੁਹਾਨੂੰ ਕੰਟਰੀ ਦੇ ਵਿੱਚ। ਉਹਦਾ ਵਿਜ਼ਿਟਰ ਵੀਜ਼ਾ ਰਿਜੈਕਟ ਵੀ ਤਾਂ ਕੀਤਾ ਜਾ ਸਕਦਾ ਸੀ? ਬਿਲਕੁਲ, ਇਹ ਹੋ ਵੀ ਰਿਹਾ ਹੈ,
ਹੁਣ ਜਿਹੜੇ ਗਵਰਨਮੈਂਟ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਉਹਦੇ 'ਚ ਬਿਫੋਰ ਈਵਨ ਬੋਰਡ ਅ ਫਲਾਈਟ ਜੇ ਉਹਨਾਂ ਨੂੰ ਲੱਗਦਾ ਪ੍ਰੀ ਸਕਰੀਨ ਕਰਕੇ ਵੀ ਇੰਡੀਵਿਜੁਅਲ ਜਿਹੜਾ ਫਲਾਈਟ ਬੋਰਡ ਕਰ ਰਿਹਾ ਉਹ ਫਲਾਈਟ ਤੋਂ ਹੀ ਤੁਹਾਨੂੰ ਰੋਕਿਆ ਜਾ ਸਕਦਾ, ਤੁਹਾਡਾ ਵੀਜ਼ਾ ਖੜੇ ਪੈਰ ਕੈਂਸਲ ਕੀਤਾ ਜਾ ਸਕਦਾ, ਈਵਨ ਤੁਹਾਨੂੰ ਫਲਾਈਟ ਵੀ ਬੋਰਡ ਨਹੀਂ ਕਰਨ ਦਿੱਤੀ ਜਾਊਗੀ। ਰੈਦਰ ਦੈਨ ਡੂਇੰਗ ਆਲ ਦਿਸ, ਜਿੱਦਾਂ US ਵਾਂਗੂ ਫਿਰ ਇਨ ਪਰਸਨ ਇੰਟਰਵਿਊ ਸ਼ੁਰੂ ਕਰ ਦੇਣੀ ਚਾਹੀਦੀ ਹੈ, ਉਹ ਫਿਰ ਰਿਲੇਸ਼ਨਸ਼ਿਪ ਕੈਨੇਡਾ ਦੇ ਇੰਡੀਆ ਨਾਲ ਵਧੀਆ ਨਹੀਂ ਹੈ, ਉੱਥੇ ਸਿਰਫ 5 ਆਫਿਸਰ ਨੇ ਜਿਹੜੇ ਡਿਸੀਜਨ ਬਣਾ ਰਹੇ ਨੇ, ਤੋ ਹਿਊਮਨਲੀ ਪੋਸੀਬਲ ਨਹੀਂ ਹੈ, ਉਹ ਕਿਵੇਂ ਮਿਲੀਅਨਸ ਆਫ ਐਪਲੀਕੇਸ਼ਨ ਪ੍ਰੋਸੈਸ ਕਰਨਗੇ, ਕਿਵੇਂ ਉਹ ਸਟੂਡੈਂਟ ਵੀਜ਼ਾ, ਕਿਵੇਂ ਉਹ ਵਿਜ਼ਟਰ ਵੀਜ਼ਾਸ ਨੂੰ ਪ੍ਰੋਸੈਸ ਕਰਨਗੇ। ਇਸ ਚੀਜ਼ ਦਾ ਫਾਇਦਾ ਜਿਹੜੇ ਇੰਡੀਆ ਦੇ ਏਜੰਟਸ ਨੇ ਔਰ ਜਿਹੜੇ ਇੰਡੀਵਿਜੁਅਲ ਕੈਨੇਡਾ ਆਉਣ ਦੀ ਹਸਰਤ ਰੱਖਦੇ ਨੇ, ਮੈਂ ਤਾਂ ਇਹ ਵੀ ਕਹਿਣਾ ਹੁੰਦਾ ਵੀ ਕਈ ਇੰਡੀਵਿਜੁਅਲ ਜਿਹੜੇ ਪੈਨਮਾ ਜੰਗਲਾਂ ਥਰੂ ਕ੍ਰੋਸ ਕਰਦੇ ਸੀ ਉਹ ਹੁਣ ਕ੍ਰੋਸ ਕਰਨ ਦੀ ਬਜਾਏ US ਆਉਂਦੇ ਸੀ, ਉਹ ਕ੍ਰੋਸ ਕਰਨ ਦੀ ਬਜਾਏ ਲੋਕਾਂ ਨੇ ਤਾਂ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਲੈ ਕੇ ਇੱਥੋਂ US ਦੀ ਐਡਵਰਟਾਈਜ਼ਮੈਂਟ ਹੋ ਰਹੀ ਹੈ ਵੀ ਤੁਸੀਂ US ਕਿਸ ਤਰ੍ਹਾਂ ਪਹੁੰਚਣਾ। ਸੋ ਬਿਲਕੁਲ ਹੀ ਉਹ ਸਿਸਟਮ ਨੂੰ ਅਬਿਊਜ਼ ਕੀਤਾ, ਸਰਕਾਰ ਜਿਹੜੀ ਹੈ ਉਹ ਹੈਲਪਲੈਸ ਹੈ। ਸ਼ਰਿਆਮ ਬੋਰਡ ਲੱਗੇ ਹੋਏ ਨੇ ਜੀ ਭਾਰਤ ਤੋਂ ਅਮਰੀਕਾ ਵਾਇਆ ਕੈਨੇਡਾ, ਬਿਲਕੁਲ ਐਗਜੈਕਟਲੀ ਉਸ ਚੀਜ਼ ਦੀ ਮਾਰਕੀਟਿੰਗ ਸ਼ਰਿਆਮ ਕੀਤੀ ਜਾ ਰਹੀ ਹੈ, ਕੁਛ ਲੁੱਕ ਛਿਪ ਕੇ ਨਹੀਂ, ਆਨਲਾਈਨ ਸੋਸ਼ਲ ਮੀਡੀਆ 'ਤੇ ਫੇਸਬੁੱਕ ਇੰਸਟਾਗ੍ਰਾਮ 'ਤੇ ਆਮ ਐਡਾਂ ਦੇਖੀ ਦੀਆਂ ਨੇ ਅਤੇ ਆਮ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਸੜਕਾਂ ਦੇ ਉੱਤੇ ਸਾਈਨ। ਐਗਜੈਕਟਲੀ ਸੋ ਪਹਿਲਾਂ ਲੋਕ ਇਹ ਪੈਨਮਾ ਦੇ ਜੰਗਲ ਕਿਉਂ ਕ੍ਰੋਸ ਕਰਦੇ ਸੀ? ਬਿਕੋਜ਼ ਉਹਨਾਂ ਨੂੰ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਨਹੀਂ ਮਿਲਦਾ ਸੀ, ਕਿਉਂਕਿ ਪਹਿਲੀ ਸਕਰੀਨਿੰਗ 'ਚ ਹੀ ਫੇਲ ਹੋ ਜਾਂਦੀ ਸੀ ਐਪਲੀਕੇਸ਼ਨ ਔਰ ਗਲਤ ਡਾਕੂਮੈਂਟ ਲਾਉਂਦੇ ਸੀ, ਤੁਹਾਨੂੰ 5 ਸਾਲ ਲਈ ਬੈਨ ਕੀਤਾ ਜਾਂਦਾ ਸੀ। ਜਿਹੜਾ ਸਿਸਟਮ ਹੈ ਆਰਟੀਫਿਸ਼ਲ ਇੰਟੈਲੀਜੈਂਸ ਸਰਕਾਰ ਯੂਜ਼ ਕਰਦੀ ਹੈ ਉਹ 'ਚ ਬਹੁਤ ਘੱਟ ਰੈਂਡਮ ਐਪਲੀਕੇਸ਼ਨਸ ਪਿੱਕ ਹੁੰਦੀਆਂ ਨੇ ਜਿਹੜੀਆਂ ਕਿ ਮਲਟੀਪਲ ਐਪਲੀਕੇਸ਼ਨਸ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਅਪਰੂਵ ਹੋ ਜਾਂਦੀ ਹੈ। ਪਰ ਇਹ ਸਾਰੀ ਸਕਰੀਨਿੰਗ ਦੇ ਵਿੱਚ ਬਹੁਤ ਕੇਸਿਸ ਅਜਿਹੇ ਵੀ ਹੋਏ ਨੇ ਜਿੱਥੇ ਜੈਨੂਅਨ ਬੰਦਿਆਂ ਨੂੰ ਵੀ ਵਾਪਸ ਮੁੜਿਆ ਗਿਆ, ਉਹ ਆਪਣੇ ਜਿਹੜੇ ਬੱਚਿਆਂ ਦੇ ਕੋਲ ਵਿਜ਼ਿਟਰ ਵੀਜ਼ੇ ਤੇ ਮਾਪੇ ਆਏ ਸਨ ਜੀ, ਜਸਟ ਬਿਕੋਜ਼ ਕਿ ਉਹਨਾਂ ਦੀ ਤਿਆਰੀ ਉਸ ਲੈਵਲ ਦੀ ਸਵਾਲਾਂ ਜਵਾਬਾਂ ਦੀ ਨਹੀਂ ਹੁੰਦੀ ਤੇ ਉਹਨਾਂ ਨੂੰ ਏਅਰਪੋਰਟ ਤੋਂ ਇਹ ਵੀ ਕਹਿ ਕੇ ਮੋੜ ਦਿੱਤਾ, ਉਹਨਾਂ ਨੂੰ ਵੀ ਮੋੜ ਦਿੱਤਾ ਗਿਆ, ਉਹ ਕਿੰਨਾ ਕੁ ਸਹੀ ਗਲਤ ਆ ਉਹਦੇ ਬਾਰੇ ਕੀ ਖਿਆਲ ਆ? ਦੇਖੋ ਬਾਈ ਜੀ, ਇਹਦੇ 'ਚ ਜਿਹੜੀ ਇੱਕ ਮੈਂ ਕੈਨੇਡੀਅਨਸ ਨੂੰ ਇਹ ਵੀ ਦੱਸਣਾ ਚਾਹੂੰਗਾ, ਜਦੋਂ ਤੁਸੀਂ ਕਿਸੇ ਨੂੰ ਇਨਵੀਟੇਸ਼ਨ ਦਿੰਦੇ ਹੋ ਤੁਹਾਡੀ ਇਨਵੀਟੇਸ਼ਨ ਨੂੰ ਬਹੁਤ ਸਾਰੇ ਜਿਹੜੇ ਏਜੰਟਸ ਨੇ ਇੰਡੀਆ 'ਚ ਉਹ ਮਿਸਯੂਜ਼ ਵੀ ਕਰਦੇ ਨੇ। ਕੋਈ ਨਹੀਂ ਹੈਗਾ ਵੀ ਸਿਰਫ ਤੁਸੀਂ ਆਪਣੇ ਪੇਰੈਂਟਸ ਜਾਂ ਬ੍ਰਦਰ ਸਿਸਟਰ ਨੂੰ ਵਿਆਹ ਲਈ ਬੁਲਾ ਰਹੇ ਹੋ, ਸਿਰਫ 2 ਬੰਦੇ ਜਾਂ 4 ਬੰਦਿਆਂ ਨੂੰ ਬੁਲਾ ਰਹੇ ਹੋ, ਤੁਹਾਡੀ ਜਾਣਕਾਰੀ ਤੋਂ ਬਿਨਾਂ ਉਹ 50 ਬੰਦਿਆਂ ਨੂੰ ਸਪੋਂਸਰਸ਼ਿਪ ਲਾ ਦਿੰਦੇ ਨੇ ਜਿੱਥੇ ਇਨਵੀਟੇਸ਼ਨ ਤੇ। ਐਗਜੈਕਟਲੀ, ਤੇ ਉਹਦੇ ਬੇਸਿਸ ਤੇ ਜਿਹੜੀ ਸਿਸਟਮ ਹੈਗਾ ਉਹ, ਕਿਉਂਕਿ ਤੁਹਾਡਾ ਪਰਪਸ ਜੈਨੂਅਨ ਹੁੰਦਾ ਵੀ ਤੁਸੀਂ ਵਿਜ਼ਿਟ ਕਰਨਾ, ਤੁਹਾਡੇ ਗਲਤ ਡਾਕੂਮੈਂਟ ਲਾ ਕੇ ਬਣਾਏ ਹੁੰਦੇ ਆ, ਔਰ ਇਸੇ ਕਰਕੇ ਤਾਂ ਜਿਹੜੀ ਇਹ ਐਪਲੀਕੈਂਟਸ ਜਦੋਂ ਆਉਂਦੇ ਨੇ ਬਹੁਤ ਜ਼ਿਆਦਾ ਨੰਬਰ ਇਹੋ ਜਿਹੇ ਕੇਸਿਸ ਆਏ ਨੇ ਜਿੱਥੇ ਇੰਡੀਵਿਜੁਅਲ ਨੂੰ ਇਹ ਨਹੀਂ ਪਤਾ ਹੁੰਦਾ ਮੈਂ ਜਾਣਾ ਕਿੱਥੇ ਹੈ ਜਾਂ ਮੈਨੂੰ ਬੁਲਾਇਆ ਕੀ ਹੈ, ਜਾਂ ਆਫਿਸਰ ਥੋੜ੍ਹਾ ਟੈਸਟ ਕਰਦਾ ਵੀ ਤੇਰਾ ਰਿਲੇਸ਼ਨਸ਼ਿਪ ਕੀ ਹੈ, ਕਦੋਂ ਤੋਂ ਤੁਸੀਂ ਜਾਣਦੇ ਹੋ, ਉਹ ਐਵੀਡੈਂਸ ਕੋਈ ਇੰਡੀਵਿਜੁਅਲ ਕੋ ਹੁੰਦਾ ਨਹੀਂ। ਹੁਣ ਤਾਂ ਨੌਬਤ ਇੱਥੇ ਤੱਕ ਆ ਗਈ ਹੈ ਵੀ ਜਿਹੜੇ ਇੰਡੀਆ ਤੋਂ ਹੀ ਜਦੋਂ ਫਲਾਈਟ ਬੋਰਡ ਕਰਦੇ ਨੇ ਰਿਫਿਊਜੀ ਐਪਲੀਕੇਸ਼ਨ ਪਹਿਲੀ ਤਿਆਰ ਕੀਤੀ ਹੁੰਦੀ ਹੈ, ਉਹ ਅਨੁਸਾਰ ਦਾਇਰ ਕਰਦੇ ਨੇ। ਸੋ ਜਦੋਂ ਇੰਨਾ ਬੜਾ ਨੰਬਰ ਹੈ, ਜਦੋਂ ਅਖਬਾਰਾਂ 'ਚ ਇਸ਼ਤਿਹਾਰ ਛਪਦੇ ਨੇ ਜਾਂ ਅਖਬਾਰਾਂ 'ਚ ਖਬਰ ਛਪਦੀ ਹੈ ਵੀ ਇੰਨੇ ਜ਼ਿਆਦਾ ਵਿਅਕਤੀ ਜਿਹੜੇ ਇੰਡੀਆ ਤੋਂ ਫਲਾਈਟ ਲੈ ਕੇ ਆਏ ਤਾਂ ਪਲੇਨ ਜਿਹੜਾ ਸੀ ਇੰਨੇ ਪਰਸੈਂਟ ਆਫ ਇੰਡੀਵਿਜੁਅਲ ਨੇ ਜਿਹਨਾਂ ਨੇ ਰਿਫਿਊਜੀ ਕਲੇਮ ਕਰਤਾ, ਉਹ ਬਿਲਕੁਲ ਅਲਾਰਮਿੰਗ ਹੈ। ਸਰਕਾਰ ਉਹਦੇ 'ਤੇ ਇਹੀ ਐਕਸ਼ਨ ਲੈ ਸਕਦੀ ਹੈ ਕਿਉਂਕਿ ਕੈਨੇਡਾ ਦੀ ਧਰਤੀ 'ਤੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਰੋਕਿਆ ਜਾ ਸਕੇ, ਪਰ ਜਦੋਂ ਰੋਕਦੇ ਨੇ ਫਿਰ ਉਹ ਆਪਸ਼ਨ ਵੀ ਦਿੰਦੇ ਨੇ। ਇਹਦੇ 'ਚ ਮੈਂ ਵਿਜ਼ਿਟਰਸ ਨੂੰ ਇਹ ਵੀ ਕਹੂੰਗਾ, ਜਦੋਂ ਤੁਸੀਂ ਵਿਜ਼ਿਟਰ ਵੀਜ਼ਾ ਹਾਸਲ ਕੀਤਾ ਪਲੀਜ਼ ਇਹ ਗਲਤ ਵੀਜ਼ਾ ਨਾ ਹਾਸਲ ਕਰੋ, ਇਹ ਜਦੋਂ ਜੇ ਤੁਹਾਡੇ 'ਤੇ ਮਿਸਰੀਪ੍ਰਜੈਂਟੇਸ਼ਨ ਲੱਗਦੀ ਹੈ ਫਿਰ ਤੁਹਾਡੇ ਕੋਲ ਬਾਕੀ ਪ੍ਰਿਵਲੇਜਿਸ ਵੀ ਖਤਮ ਹੁੰਦੀਆਂ, ਪਲੱਸ ਸਿਸਟਮ ਵੀ ਅਬਿਊਜ਼ ਹੁੰਦਾ। ਉਹ 'ਚ ਜੈਨੂਅਨ ਵਿਜ਼ਿਟਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਇਫੈਕਟ ਹੁੰਦੇ ਨੇ, ਉਹ ਜ਼ਿਆਦਾ ਇਫੈਕਟ ਹੁੰਦੇ, ਉਹ ਇਫੈਕਟ ਹੁੰਦੇ ਨੇ। ਪਲੱਸ ਜਿਹੜੇ ਕੈਨੇਡੀਅਨਸ ਨੇ, ਕੈਨੇਡੀਅਨਸ ਨੂੰ ਤਾਂ ਜਾਣਕਾਰੀ ਨਹੀਂ ਹੈ, ਜਦੋਂ ਤੁਸੀਂ ਕਿਸੇ ਐਸੇ ਦਫ਼ਤਰ ਨੂੰ ਇਨਵੋਲਵ ਕਰਦੇ ਹੋ ਜਿਹੜਾ ਲਾਇਸੈਂਸ ਨਹੀਂ ਹੈ, ਉਹ ਤੁਹਾਡੇ ਡਾਕੂਮੈਂਟੇਸ਼ਨ ਦੀ ਦੁਰਵਰਤੋਂ ਕਰ ਸਕਦਾ ਔਰ ਕਰ ਵੀ ਰਹੇ ਨੇ। ਇੰਡੀਆ 'ਚ ਇਹ ਜਿਹੜੀਆਂ ਇਨਵੀਟੇਸ਼ਨਸ ਨੇ ਜਿਹੜੇ ਕੈਨੇਡੀਅਨਸ ਭੇਜਦੇ ਨੇ ਇਹ ਵਿਕ ਰਹੀਆਂ ਨੇ,
ਇਹ ਜਿਹੜੀ ਤੁਹਾਡੀ ਜਿਹੜੀ ਕੌਨਫੀਡੈਂਸ਼ੀਅਲ ਜਾਣਕਾਰੀ ਹੈ, ਤੁਹਾਡੇ ਸਿਟੀਜ਼ਨਸ਼ਿਪ ਦਾ ਇਨਫੋਰਮੇਸ਼ਨ ਹੈ, ਤੁਹਾਡੇ ਪਾਸਪੋਰਟਾਂ ਦੀ ਕਾਪੀ ਹੈ, ਤੁਹਾਡੇ ਰਿਲੇਸ਼ਨਸ਼ਿਪ ਦੇ ਡਾਕੂਮੈਂਟਸ ਨੇ, ਤੁਹਾਡੇ ਨੋਟਿਸ ਆਫ ਅਸੈਸਮੈਂਟ ਨੇ, ਇਹ ਸਾਰੇ ਡਾਕੂਮੈਂਟ ਇੰਡੀਆ ਦੇ ਵਿੱਚ ਵਿਕ ਰਹੇ ਨੇ। ਉਹ ਇਸ ਲਈ ਬਿਕੋਜ਼ ਇਹ ਲਾ ਕੇ ਡਾਕੂਮੈਂਟਸ ਲਾ ਕੇ ਝੂਠੇ ਡਾਕੂਮੈਂਟਸ ਇਹ ਫਰਜ਼ੀ ਡਾਕੂਮੈਂਟਸ ਲਗਾ ਕੇ ਇਹ ਸ਼ੋਅ ਕਰਕੇ ਵੀ ਤੁਹਾਡੇ ਕੋਈ ਰਿਸ਼ਤੇਦਾਰ ਨੇ ਉਹਨਾਂ ਨੂੰ ਕੈਨੇਡਾ ਬੁਲਾਇਆ ਜਾ ਰਿਹਾ। ਬਿਲਕੁਲ ਠੀਕ ਜੀ ਭਾਅ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ, ਥੈਂਕ ਯੂ ਜੀ, ਮਿਹਰਬਾਨੀ। ਸੋ ਇਸ ਦਿਨ ਸਾਡੇ ਨਾਲ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਹੋਣੀ ਜੀ, ਮੈਨੂੰ ਜੋਗਰਾ ਸਿੰਘ ਕਾਲੂ ਦੇ ਆ ਗਿਆ, ਤੁਸੀਂ ਦੇਖਦੇ ਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।